ਸਤਿ ਸ਼੍ਰੀ ਅਕਾਲ ਜੀ। ਜੇ ਤੁਸੀਂ ਆਨਲਾਈਨ ਕਲਾਸਿਸ ਲਾਉਣ ਦਾ ਜਾਂ ਫਿਰ ਇਨਟੇਕ ਨੂੰ ਡੈਫਰ ਕਰਵਾਉਣ ਦਾ ਆਪਸ਼ਨ ਚੂਜ਼ ਕਰ ਰਹੇ ਹੋ ਇੰਡੀਆ ਦੇ ਵਿੱਚੋਂ ਹੀ, ਤਾਂ ਇਸ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਓ। ਬਹੁਤ ਵਧੀਆ ਇਨਫੋਰਮੇਸ਼ਨ ਆ ਤੁਹਾਡੇ ਲਈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜੇ ਤੁਸੀਂ ਆਨਲਾਈਨ ਕਲਾਸਿਸ ਲਾਉਣ ਦਾ ਆਪਸ਼ਨ ਚੂਜ਼ ਕਰ ਰਹੇ ਹੋ ਤਾਂ ਤੁਸੀਂ ਆਪਦੇ ਕਾਲਜ ਨੂੰ 30 ਅਪ੍ਰੈਲ ਤੋਂ ਪਹਿਲਾਂ ਇਨਫੋਰਮ ਕਰ ਦਿਓ। ਬਹੁਤ ਸਾਰੇ ਕਾਲਜ ਨੇ 30 ਅਪ੍ਰੈਲ ਤੋਂ ਪਹਿਲਾਂ ਕਿਹਾ, ਬਾਕੀ ਹਰੇਕ ਕਾਲਜ ਦੀਆਂ ਵੱਖ ਵੱਖ ਡੈਡਲਾਈਨਸ ਆ। ਉਸ ਤੋਂ ਉਹ ਤੁਹਾਡੀ ਕਲਾਸਿਸ ਦੇ ਹਿਸਾਬ ਨਾਲ ਮੈਟਰ ਕਰਦੀਆਂ ਵੀ ਤੁਹਾਡੀਆਂ ਕਲਾਸਿਸ ਕਦੋਂ ਤੋਂ ਸ਼ੁਰੂ ਹੋਣੀਆਂ ਸੀ ਸਮੈਸਟਰ ਦੀਆਂ, ਤਾਂ ਉਸ ਹਿਸਾਬ ਨਾਲ ਡੈਡਲਾਈਨਸ ਨੇ ਕਾਲਜ ਡੇਟਸ ਵਗੈਰਾ ਚੈੱਕ ਕਰਕੇ ਕਾਲਜ ਨੂੰ ਇਨਫੋਰਮ ਕਰ ਦੇਣਾ, ਤਾਂ ਜੋ ਤੁਹਾਨੂੰ ਤੁਹਾਡੇ ਸਟੂਡੈਂਟ ਪੋਰਟਲ ਦਾ ਜਿਹੜਾ ਪਾਸਵਰਡ ਅਤੇ ਆਈਡੀ ਪ੍ਰੋਵਾਈਡ ਕਰਵਾ ਦੇਣ। ਸਟੂਡੈਂਟ ਪੋਰਟਲ ਜਿਹਦੇ ਵਿੱਚ ਤੁਹਾਡੀ ਸਾਰੀ ਜਿਹੜੀ ਸਟੱਡੀ ਹੋਣੀ ਆ, ਕੀ ਸਮੈਸਟਰ ਦੇ ਵਿੱਚ ਤੁਹਾਡੇ ਹੋਣਾ, ਕੀ ਤੁਹਾਨੂੰ ਪੜ੍ਹਾਇਆ ਜਾਣਾ ਜਾਂ ਕੀ ਕਿਵੇਂ ਕਿਵੇਂ ਤੁਸੀਂ ਆਨਲਾਈਨ ਕਲਾਸਿਸ ਲਾਉਣੀਆਂ, ਉਹ ਸਾਰਾ ਉਹਦੇ ਵਿੱਚ ਹੁੰਦਾ। ਸੋ ਤੁਸੀਂ ਕਾਲਜ ਨੂੰ ਜ਼ਰੂਰ ਇਨਫੋਰਮ ਕਰ ਦੇਣਾ ਤਾਂ ਜੋ ਤੁਹਾਨੂੰ ਤੁਹਾਡਾ ਜਿਹੜਾ ਆਈਡੀ ਅਤੇ ਪਾਸਵਰਡ ਆ ਉਹ ਪ੍ਰੋਵਾਈਡ ਕਰਵਾ ਦੇਣ, ਕਿਉਂਕਿ ਉਸ ਤੋਂ ਬਿਨਾਂ ਤੁਸੀਂ ਆਨਲਾਈਨ ਕਲਾਸਿਸ ਤੁਹਾਡੀਆਂ ਲੱਗਣੀਆਂ ਨੇ, ਤੁਹਾਨੂੰ ਕੋਈ ਸਮਝ ਨਹੀਂ ਆਉਣੀ ਕੀ ਤੁਹਾਡੀ ਸਟੱਡੀ ਹੈ ਕੀ। ਉਹਦੇ ਵਿੱਚ ਸਾਰਾ ਸਮੈਸਟਰ ਪਹਿਲਾਂ ਤੋਂ ਹੀ ਹੁੰਦਾ ਕੀ ਤੁਹਾਡੀਆਂ ਪ੍ਰੈਜੈਂਟੇਸ਼ਨਸ ਹੋਣੀਆਂ, ਕੀ ਤੋਂ। ਚਲੋ ਸੈਪਰੇਟ ਵੀਡੀਓ ਬਣਾ ਦਾਂਗੇ ਇੱਕ। ਅਤੇ ਹੁਣ ਗੱਲ ਕਰਦੇ ਹਾਂ ਜੇ ਤੁਸੀਂ ਆਪਦਾ ਇਨਟੇਕ ਡੈਫਰ ਕਰਵਾਉਣਾ, ਮੰਨ ਲਓ ਜੇ ਤੁਸੀਂ ਆਪਦਾ ਇਨਟੇਕ ਡੈਫਰ ਕਰਵਾ ਰਹੇ ਹੋ ਤਾਂ ਵੀ ਤੁਸੀਂ ਕਾਲਜ ਵੱਲੋਂ ਤੁਹਾਨੂੰ ਮੇਲ ਆਈ ਹੋਊਗੀ, ਉਹਨਾਂ ਨੂੰ ਇਨਫੋਰਮ ਕਰ ਦਿਓ ਆਪਦਾ ਡਿਸੀਜ਼ਨ ਜਲਦੀ ਤੋਂ ਜਲਦੀ ਲੈ ਲਓ, ਤਾਂ ਵੀ ਤੁਸੀਂ ਉਹਨਾਂ ਨੂੰ ਇਨਫੋਰਮ ਜ਼ਰੂਰ ਕਰ ਦਿਓ। ਕੋਈ ਹੋਰ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਤੁਹਾਨੂੰ ਕੋਈ ਹੋਰ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ, ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਅਸਾਈਨਮੈਂਟਸ ਰਿਲੇਟਡ ਜਾਂ ਕਿਸੇ ਵੀ ਤਰ੍ਹਾਂ ਦੇ ਰਿਲੇਟਡ ਕੁਛ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਦੀ ਲੋੜ ਹੋਵੇ ਤਾਂ ਤੁਸੀਂ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ।